बीमार होने तो 5-7 दिन पहले मेरे घर आके गया है जी। उस तो 10 दिन पहले मैं इतने घर होके गया, मैंने बल्कि क्या मैं उन्होंने एक गल कही, मैं कहा छिंदे आ काम बहुत जरूरी है, कहते मैं कर दूंगा, एक शर्त है, मैं दसो कल नू घर आओ खाना खाओ। महफिल का नगीना एक लोगों का प्यारा चहेतिया का कलाकार परमात्मा ने सब तो बहुत छेती खो लिया, हाल और नहीं जानती उम्र है नहीं सी। ਤੁਸੀਂ ਕਈ ਉਹਨਾਂ ਦੇ ਨਾਲ ਸ਼ੋਅ ਵੀ ਕੀਤੇ ਨੇ ਵਿਦੇਸ਼ਾਂ ਦੇ ਵਿੱਚ ਵੀ ਗਏ ਹੋ, ਤਾਂ ਉੱਦਾਂ ਦੀਆਂ ਕਿਹੜੀਆਂ ਯਾਦਾਂ ਜਿਹੜੀਆਂ ਚੇਤੇ ਆਉਂਦੇ? ਦੇਖੋ ਸ਼ੋਅ ਦੇ ਵਿੱਚ ਇਹ ਹੁੰਦਾ, ਸ਼ੋਅ ਤਾਂ ਇੱਕ ਆਰਟਿਸਟ ਜਦੋਂ ਆਪਣਾ ਕੰਮ ਕਰਦਾ ਅਤੇ ਦੂਜਾ ਆਰਟਿਸਟ ਅੰਦਰ ਬੈਠਾ ਹੁੰਦਾ, ਜਦੋਂ ਉਹ ਕਰਦਾ ਤਾਂ ਦੂਜਾ ਆਰਟਿਸਟ ਅੰਦਰ ਬੈਠਾ ਹੁੰਦਾ, ਸ਼ੋਅ ਦੇ ਵਿੱਚ ਕੋਈ ਅਸੀਂ ਖਾਸ ਗੱਲ ਨਹੀਂ ਹੁੰਦੀ ਹੈ, ਵੈਸੇ ਸਾਡਾ ਆਪਸ ਦੇ ਵਿੱਚ ਪ੍ਰੋਪਰ ਬਹੁਤ। ਬਿਲਕੁਲ, ਜਦੋਂ ਇਕੱਠੇ ਮਿਲਦੇ ਸੀ ਉਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਲੰਮੇ ਸੀਗੇ ਜਿਹੜੇ ਤੁਸੀਂ ਸਾਂਝੇ ਕਰਦੇ ਸੀ? ਜਿਸ ਤਰ੍ਹਾਂ ਮਿਲਦੇ ਹੁੰਦੇ ਨੇ ਆਰਟਿਸਟ ਇੱਕ ਦੂਜੇ ਨੂੰ, ਕਿਉਂਕਿ ਮੈਥੋਂ ਛੋਟਾ ਸੀਗਾ, ਛੋਟੇ ਭਰਾ ਹੋ ਗਿਆ ਸੀਗਾ, ਬਹੁਤ ਅਦਰ ਕਰਦਾ ਸੀਗਾ। ਮੈਂ ਬਿਮਾਰ ਹੋਣ ਤੋਂ 5-7 ਦਿਨ ਪਹਿਲਾਂ ਮੇਰੇ ਘਰ ਆ ਕੇ ਗਿਆ ਹੈ ਜੀ, ਉਸ ਤੋਂ 10 ਦਿਨ ਪਹਿਲਾਂ ਮੈਂ ਇੱਥੇ ਘਰ ਹੋ ਕੇ ਗਿਆ, ਮੈਨੂੰ ਬਲਕਿ ਕਿਹਾ, ਮੈਂ ਉਹਨੂੰ ਇੱਕ ਗੱਲ ਕਹੀ, ਮੈਂ ਕਿਹਾ ਛਿੰਦੇ ਆਹ ਕੰਮ ਬਹੁਤ ਜ਼ਰੂਰੀ ਹੈ, ਕਹਿੰਦੇ ਮੈਂ ਕਰ ਦੂੰਗਾ, ਇੱਕ ਸ਼ਰਤ ਹੈ, ਮੈਂ ਦੱਸੋ ਕੱਲ੍ਹ ਨੂੰ ਘਰ ਆਓ ਖਾਣਾ ਖਾਓ, ਮੈਂ ਦੂਜੇ ਦਿਨ ਆ ਗਿਆ। ਸਰ ਪੇਟ 'ਚ ਇੱਕ ਛੋਟੀ ਜਿਹੀ ਪ੍ਰੋਬਲਮ ਕਰਕੇ ਹੋਸਪਿਟਲ ਹੋ ਗਏ, ਲੇਕਿਨ ਆਹ ਖਬਰ ਆ ਜਾਏਗੀ ਸੋਚਿਆ? ਨਹੀਂ, ਮੈਂ ਤਾਂ ਮੈਂ ਬਾਹਰ ਸੀਗਾ ਜਦੋਂ ਮੈਨੂੰ ਪਤਾ ਲੱਗਿਆ ਬਈ ਹੁਣ ਵੀ ਆਹ ਪੋਜੀਸ਼ਨ ਹੈ, ਮੈਂ ਤਾਂ ਬਾਹਰ ਵੀ ਜਾ ਕੇ ਰੇਡੀਓ 'ਤੇ ਔਰ ਟੈਲੀਵਿਜ਼ਨ 'ਤੇ ਲੋਕਾਂ ਮੈਨੂੰ ਕਿਹਾ ਵੀ ਅਰਦਾਸ ਕਰੋ, ਸਾਡਾ ਇੱਕ ਬਹੁਤ ਹੀ ਪਿਆਰਾ ਆਰਟਿਸਟ ਹੈ ਜਿਹੜਾ ਇਸ ਵੇਲੇ ਬਹੁਤ ਦੁਬਧਾ 'ਚ ਬਹੁਤ ਜ਼ਿਆਦਾ ਖਤਰਨਾਕ ਬਿਮਾਰੀ ਦੇ ਵਿੱਚ ਇਸ ਵੇਲੇ ਮਤਲਬ ਹੈ ਉਹ, ਵੀ ਪਰਮਾਤਮਾ ਕਰੇ ਉਹਦੀ ਜ਼ਿੰਦਗੀ ਲੰਬੀ ਹੋਵੇ, ਮੈਂ ਤਾਂ ਬਾਹਰੋਂ ਵੀ ਦੁਆ ਕਰਦਾ ਆਇਆ, ਪਰ ਹੁੰਦਾ ਤਾਂ ਉਹੀ ਹੈ ਜੋ ਪਰਮਾਤਮਾ ਨੂੰ ਮਨਜ਼ੂਰ ਹੈ। ਅਤੇ ਤੁਸੀਂ ਸਰਕਾਰਾਂ ਦੇ ਵਿੱਚ ਵੀ ਤੁਹਾਡਾ ਹੈ ਸਹਿਯੋਗ, ਅਤੇ ਤੁਸੀਂ ਇਹ ਦੱਸੋ ਵੀ ਤੁਸੀਂ ਗਾਇਕ ਦੇ ਲਈ ਛਿੰਦਾ ਜੀ ਦੇ ਲਈ ਕੁਛ ਸੋਚ ਰਹੇ ਹੋ ਵੀ ਸਰਕਾਰ ਦੇ ਅੱਗੇ ਕੋਈ ਫਰਿਆਦ ਕੀਤੀ ਜਾਵੇ ਜਾਂ ਯਾਦਗਾਰ ਕੋਈ ਉਹਨਾਂ ਦੀ? ਇਹ ਬਾਅਦ ਦੀਆਂ ਗੱਲਾਂ ਨੇ, ਪਹਿਲਾਂ ਜੋ ਕੁਛ ਚੱਲੇ ਹਾਲੇ ਤਾਂ ਜਦ ਤੱਕ ਦਿਲ ਟਿਕਾਣੇ ਨਹੀਂ ਆਉਂਦਾ ਉਦੋਂ ਤੱਕ ਕੋਈ ਸੋਚ ਨਹੀਂ ਹੈ। ਠੀਕ ਹੈ, ਧੰਨਵਾਦ ਸਰ।